ਸਾਬਕਾ ਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ ਸਿੰਘ ਨੇ ਕੁਝ ਫੈਸਲੇ ਕੀਤੇ ਨੇ ਉਹ ਕਿਹੜੇ-ਕਿਹੜੇ ਫੈਸਲੇ ਨੇ ਇਹ ਮੰਡ ਸਾਹਿਬ ਇਸ ਤਰ੍ਹਾਂ ਹੈ ਕਿ ਜੀ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇਕਿਆ ਹੋਇਆ ਸੀ ਸਾਰਿਆਂ ਨੂੰ ਪਤਾ ਹੈ ਕਿ ਉਸ ਦੀ ਇੱਕ ਬੜੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਜੀ ਉਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਲਗਾਤਾਰ ਤਰਲੋ ਮੱਛੀ ਹੋ ਰਿਹਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਮੇਰੀ ਜਾਨ ਛੁੱਟ ਜਾਵੇ ਜੀ ਕਿਉਂਕਿ ਜਦੋਂ ਸਿਆਸਤ ਦੇ ਵਿੱਚ ਤੇ ਧਾਰਮਿਕ ਹਲਕਿਆਂ ਦੇ ਵਿੱਚ ਇੰਨੇ ਉੱਚ ਅਹੁਦੇ ਤੇ ਮੌਜਾਂ ਮਾਣੀਆਂ ਹੋਣਾਂ ਜੀ ਫਿਰ ਲਾਈਮਲਾਈਟ ਤੋਂ ਪਰੇ ਰਹਿਣਾ ਔਖਾ ਬੜਾ ਹੁੰਦਾ ਹੈ ਸੁਚਾ ਸਿੰਘ ਲੰਕਾਹਪਲੋਂ ਪਹਿਲਾਂ ਤੇ ਕੋਸ਼ਿਸ਼ਾਂ ਜਾਰੀ ਕਰਕੇ ਉਸਨੇ ਇਹ ਸਮਝ ਲਿਆ ਕਿ ਮੇਰੇ ਤੇ ਝੂਠਾ ਇਲਜ਼ਾਮ ਲੱਗਾ ਪਰ ਉਸ ਔਰਤ ਨੇ ਜਿਸਨੇ ਪਹਿਲਾਂ ਬਲਾਤਕਾਰ ਦਾ ਦੋਸ਼ ਲਾਇਆ ਸੀ ਉਸਨੇ ਕੇਸ ਵਾਪਸ ਲੈ ਲਿਆ ਪਰ ਇੰਨੇ ਨਾਲ ਜਾਨ ਨਹੀਂ ਤਾਂ ਨਾ ਛੁੱਟਦੀ ਸੀ ਕੇਸ ਵਾਪਸ ਲੈ ਲਿਆ ਬਲਾਤਕਾਰ ਦਾ ਕੇਸ ਵਾਪਸ ਹੋਇਆ ਸੀ ਪਰ ਪਰ ਇਸਤਰੀ ਗਮਨ ਦਾ ਕੇਸ ਜਿਹੜਾ ਧਾਰਮਿਕ ਸਮਾਜਿਕ ਕੇਸ ਸੀ ਉਸ ਦੇ ਉੱਪਰ ਉਹ ਤੇ ਉਵੇਂ ਰਹਿਣਾ ਸੀ ਉਹ ਕਿੱਥੋਂ ਮਾਫ ਹੋਣਾ ਸੀ ਹੈਰਾਨੀ ਦੀ ਗੱਲ ਇਹ ਕਿ ਸੁੱਚਾ ਸਿੰਘ ਲੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਵੀ ਸੀ ਜੀ ਸੋ ਉਹ ਚੌਧੇ ਮਾਣੇ ਨੇ ਉਸ ਤੇ ਸਿਆਸੀ ਜੀਵਨ ਤੇ ਤੇ ਸਿਆਸੀ ਜੀਵਨ ਤੋਂ ਪਹਿਲਾਂ ਦੇ ਜੀਵਨ ਬਾਰੇ ਵੀ ਬਹੁਤ ਸਾਰੀਆਂ ਚਰਚਾਵਾਂ ਆਉਂਦੀਆਂ ਰਹੀਆਂ ਨੇ ਉਹਨਾਂ ਬਾਰੇ ਅਸੀਂ ਹੁਣ ਗੱਲ ਨਹੀਂ ਕਰਾਂਗੇ ਜਿਹੜੀ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਸਜਾ ਸੁਣਾਈ ਹੈ ਤਨਖਾਹ ਲਈ ਹੈ ਜੀ ਉਸ ਨੂੰ ਵਾਪਸੀ ਦਾ ਰਸਤਾ ਇੱਕ ਦਿੱਤਾ ਗਿਆ ਸਿੱਖ ਪੰਥ ਦੇ ਵਿੱਚ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਜੀ ਸਿੰਘ ਸਾਹਿਬ ਦੀ ਇਕਤਰਤਾ ਦੇ ਵਿੱਚ ਇਹਮ ਜਿਹੜੇ ਫੈਸਲੇ ਲੈ ਗਏ ਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖਲੋ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਥੱਲੇ ਸੰਗਤ ਦੇ ਵਿੱਚ ਖੜੇ ਹੋਏ ਸੁੱਚਾ ਸਿੰਘ ਲੰਕਾ ਦੇ ਹੱਥ ਵਿੱਚ ਮਾਈਕ ਦੇ ਕੇ ਉਸ ਨੂੰ ਕਿਹਾ ਗਿਆ ਕਿ ਤੂੰ ਜੋ ਬਜਰਕਰਤ ਕੀਤੀ ਹੈ ਪਰ ਇਸਤਰੀ ਗਮਨ ਦੀ ਤੂੰ ਉਸ ਨੂੰ ਮੰਨਦਾ ਹੈ ਉਸ ਨੇ ਕਿਹਾ ਹਾਂ ਮੈਂ ਮੰਨਦਾ ਤੇ ਸੰਗਤ ਮੋਹਰੇ ਕਿਹਾ ਕਿ ਪੰਜ ਵਾਰੀ ਹੱਥ ਪੰਜ ਵਾਰੀ ਮਾਫੀ ਮੰਗੋ ਹੱਥ ਜੋੜ ਕੇ ਮਾਫੀ ਮੰਗੀ ਆ 21 ਦਿਨਾਂ ਲਈ ਦਰਬਾਰ ਸਾਹਿਬ ਦੇ ਵਿੱਚ ਲੰਗਰ ਦੇ ਵਿੱਚ ਵਰਤਨ ਵਾਂਜਨ ਪ੍ਰਕਰਮਾਂ ਚ ਸੇਵਾ ਕਰਨ 21 ਜਪਜੀ ਸਾਹਿਬ ਦੇ ਪਾਠ ਤੇ 5100 ਰੁਪਏ ਦੀ ਦੀਗ ਤੇ ਇੱਕ ਦਿਨ ਵਾਸਤੇ ਜਿੰਨੇ ਢਾਡੀ ਜਥੇ ਸ਼੍ਰੀ ਗੁਰਤਖ ਸਾਹਿਬ ਤੇ ਉੱਥੇ ਢਾਡੀਵਾਰਾਂ ਨਾਲ ਸੰਗਤਾਂ ਨੂੰ ਨਿਯਾਲ ਕਰਦੇ ਉਹਨਾਂ ਨੂੰ 51 5100 ਰੁਪਏ ਜਿਹੜੇ ਨੇ ਉਹ ਸੁਚਿਆ ਸਿੰਘ ਲੰਗਾਹ ਨੇ ਦੇਣੇ ਨੇ ਕਰੋ ਪ੍ਰਸ਼ਾਦਾ ਤਿਆਰ ਕਰਕੇ ਲਿਆਉਣਾ ਤੇ ਉਹਨਾਂ ਨੂੰ ਸ਼ਕਾਵੇ ਤੇ 5100 ਰੁਪਇਆ ਦੇਵੇ। ਨਾਲ ਸ਼ਰਤ ਇਹ ਲਾਇਕਿ 5 ਸਾਲ ਕਿਸੇ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਬਣਨਾ ਬਣ ਨਹੀਂ ਸਕਦਾ। ਹਾਂ, ਰਾਜਨੀਤਿਕ ਤੌਰ ਤੇ ਭਾਵੇਂ ਕੱਲ ਨੂੰ ਐਮਐਲਏ ਬਣ ਜਾਓ ਮੰਤਰੀ ਬਣ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਉਹ ਰੋਕ ਵੀ ਨਹੀਂ ਸਕਦੇ। ਜੀ। ਨਾਲ ਇਹ ਵੀ ਕਿਹਾ ਗਿਆ ਕਿ ਜੇ ਤਨਖਾਹ ਦੌਰਾਨ ਜਿਹੜੀ ਸੇਵਾ ਲੱਗੀ ਹੈ ਸੇਵਾ ਨਿਭਾਉਂਦੇ ਸੁੱਚਾ ਸਿੰਘ ਲੰਗਾ ਜਾਂ ਉਹਨਾਂ ਦਾ ਕੋਈ ਸਾਥੀ ਫੋਟੋ ਨਾ ਖਿੱਚੇ ਵੀਡੀਓ ਨਾ ਬਣਾਵੇ ਤੇ ਨਾ ਸੋਸ਼ਲ ਮੀਡੀਆ ਤੇ ਪਾਈਆਂ ਜਾਣ। ਇਸ ਗੱਲ ਦਾ ਮੈਨੂੰ ਬਹੁਤਾ ਅਰਥ ਕੋਈ ਸਮਝ ਨਹੀਂ ਆਇਆ। ਜੀ। ਹੁਣ ਯਾਦ ਸਾਨੂੰ ਯਾਦ ਹੋਣਾ ਚਾਹੀਦਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੰਗਾਹ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਵੀ ਖਤਮ ਕੀਤੀ ਗਈ। ਅਕਾਲੀ ਦਲ ਨੇ ਵੀ ਉਸ ਤੋਂ ਕਿਨਾਰਾ ਕਰ ਲਿਆ। ਕਦੇ ਤੁਹਾਨੂੰ ਹੁਣ ਪਤਾ ਹੋਣਾ ਚਾਹੀਦਾ ਮਾੜ ਸਾਹਿਬ ਕਿ ਸਾਨੂੰ ਕਿ ਮਾਝੇ ਦਾ ਜਰਨਲਿਸ ਇਸ ਵੇਲੇ ਕੌਣ ਹੈ? ਮਾਝੇ ਦਾ ਜਰਨਲਿਸ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਨੂੰ ਅਖਾਇਆ ਜਾਂਦਾ। ਤੇ ਉਹਨਾਂ ਤੋਂ ਪਹਿਲਾਂ ਮਾਝੇ ਦਾ ਜਰਨਲ ਸੁਚੇਆ ਸਿੰਘ ਲੰਗਾਹ ਨੂੰ ਅਖਾਇਆ ਜਾਂਦਾ ਸੀ। ਜਰਨੈਲ ਬਦਲ ਗਏ ਨੇ ਜਰਨੈਲ ਉਹ ਹੁਣ ਅਹੁਦੇ ਤੋਂ ਉਤਰ ਗਏ ਨੇ ਪਰ ਇਸ ਮਾਮਲੇ 'ਚ ਕੀ ਸੋਚਾ ਸਿੰਘ ਲੰਗਾਹ ਦੀ ਵਾਪਸੀ ਹੋਵੇਗੀ ਸਿਆਸਤ ਵਿੱਚ ਜਾਂ ਧਾਰਮਿਕ ਹਲਕਿਆਂ ਵਿੱਚ ਪਹਿਲੇ ਤਾਂ ਇਹਦੀ ਗੱਲ ਕਰਦੇ ਆਂ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਤਨਖਾਹ ਜਿਹੜੀ ਲੱਗੀ ਹੈ ਉਸ ਨਾਲ ਉਹ ਵਿਚਰ ਸਕੇਗਾ ਪਰਿਵਾਰਕ ਤੌਰ ਤੇ ਸ਼ਾਇਦ ਉਸ ਦੇ ਮਨ ਨੂੰ ਕੁਮੜੀ ਮੋਟੀ ਸ਼ਾਂਤੀ ਆ ਜਾਵੇ ਪਰ ਧਾਰਮਿਕ ਹਲਕਿਆਂ ਦੇ ਵਿੱਚ ਕਿਸੇ ਉਹ ਚੌਧੇ ਤੇ ਉਹ ਦੁਬਾਰਾ ਆ ਸਕੇ ਇਸ ਗੱਲ ਦਾ ਮੈਨੂੰ ਯਕੀਨ ਨਹੀਂ ਹੈ ਉਹ ਨਹੀਂ ਸ਼ਾਇਦ ਆਵੇਗਾ ਤੇ ਸਿਆਸੀ ਜਿਹੜਾ ਕੈਰੀਅਰ ਉਹ ਸਿਆਸੀ ਕੈਰੀਅਰ ਸੁਚੇਆ ਸਿੰਘ ਲੰਗਾਹ ਦੀ ਅਸੀਂ ਕੀ ਗੱਲ ਕਰਨੀ ਹੈ ਤੇ ਜਿਹੜੇ ਅੱਜ ਕੱਲ੍ਹ ਅਕਾਲੀ ਦਲ ਦੇ ਵੱਡੀ ਅਗੂ ਲੋਕਾਂ ਦੇ ਮੂਹਰੇ ਵਿਚਰੇ ਨੇ ਆਪਣੀਆਂ ਸੀਟਾਂ ਤੇ ਉਹ ਵੀ ਸਾਰੇ ਹਾਰੇ ਹੋਏ ਨੇ ਉਹਨਾਂ ਨੂੰ ਆਪਣੇ ਸਿਆਸੀ ਕੈਰੀਅਰ ਦਾ ਨਹੀਂ ਪਤਾ ਤੇ ਸੁਚੇਆ ਸਿੰਘ ਲੰਗਾਹ ਦੀ ਗੱਲ ਵਿੱਚ ਕਿਥੋਂ ਆਣੀ ਸੋ ਸੁਚੇਆ ਸਿੰਘ ਲੰਗਾਹ ਦੇ ਦੋਵੇਂ ਕੈਰੀਅਰ ਜਿਹੜੇ ਨੇ ਧਾਰਮਿਕ ਕੈਰੀਅਰ ਤੇ ਸਿਆਸੀ ਕੈਰੀਅਰ ਜਿਹੜੇ ਨੇ ਮੈਨੂੰ ਆਪਣੇ ਤੌਰ ਤੇ ਖਤਮ ਜਾਪ ਰਹੇ ਨੇ ਹਾਲ ਦੀ ਘੜੀ ਜੀ ਹੁਣ ਗੱਲ ਕਰਦੇ ਆ ਕਿ ਸਜ਼ਾ ਕਿੰਨੀ ਹੈ ਕਿਸ ਤਰ੍ਹਾਂ ਦੀ ਹੈ ਮੈਂ ਦੱਸਣਾ ਚਾਹੁੰਦਾ ਕਿ ਇਹ ਉਹ ਤਖਤੇ ਜਿੱਥੋਂ ਬਹੁਤ ਵੱਡੇ ਵੱਡੇ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਜੀ ਇਸੇ ਤਰ੍ਹਾਂ ਦੀ ਕੁਰਹਿਤ ਬਿਲਕੁਲ ਇਸੇ ਤਰ੍ਹਾਂ ਦੀ ਕੁਰਹਿਤ ਜਿਹੜੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਜੀ ਔਰ ਉਸ ਕੁਰਹਿਤ ਦੇ ਕਰਕੇ ਉਸ ਵੇਲੇ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸਜ਼ਾ ਸੁਣਾਈ ਉਹਨਾਂ ਨੂੰ ਜੀ ਬਹੁਤ ਸਖਤ ਸਜ਼ਾ ਸੀ ਥੰਮਲੇ ਨਾਲ ਬੰਨ ਕੇ ਕੋੜੇ ਮਾਰਨ ਦੀ ਸਜ਼ਾ ਸੀ ਕੋੜੇ ਸ਼ਾਇਦ ਨਹੀਂ ਮਰੇਗਾ ਪਰ ਉਸ ਸਜ਼ਾ ਨੂੰ ਕਬੂਲ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਤੇ ਕਾਲੀ ਫੂਲਾ ਸਿੰਘ ਨੇ ਆਪਣਾ ਦਿਖਾਇਆ ਸੀ ਕਿ ਇਹ ਸਿਕ ਸੀਟ ਜਿਹੜੀ ਹੈ ਇਹ ਕਿੰਨੀ ਉੱਚੀ ਹੈ ਤੇ ਇਸ ਤੋਂ ਕਿਹੜੇ ਕਿਹੜੇ ਜਿਹੜੇ ਨੇ ਫੈਸਲੇ ਲਏ ਜਾ ਸਕਦੇ ਨੇ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੋਣਗੀਆਂ ਜਿਨ੍ਹਾਂ ਲੋਕਾਂ ਨੂੰ ਸਜ਼ਾ ਸੁਣਾਈ ਗਈ ਜਿਨ੍ਹਾਂ ਵਿੱਚ ਗਲਚ ਤਖਤੀਆਂ ਪਾ ਕੇ ਜੋੜੇ ਜੋੜੇ ਸਾਫ਼ ਕਰਨ ਦੀ ਤੇ ਕੋੜੇ ਮਾਰਨ ਦੀ ਤੇ ਥਮਲੇ ਨਾਲ ਬੰਨਣ ਦੀ ਸਜ਼ਾ ਜਿਹੜੀ ਹੈ ਜੇ ਉਹ ਪੁਰਾਣੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਵਾਲੀ ਤੇ ਮਾਡਰਨ ਯੁੱਗ ਦੀ ਤੁਹਾਨੂੰ ਸੁਣਾ ਦਿੰਦੇ ਆ ਜੀ 1988 ਦੇ ਵਿੱਚ ਪੰਜਾਬ ਦੇ ਮੂਸਾਬਕਾ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਨੂੰ ਜੀ ਹਾਂ ਸਾਬਕਾ ਮੁੱਖ ਮੰਤਰੀ ਅਕਾਲੀ ਦਲ ਦੇ ਉਹਨਾਂ ਨੂੰ ਇਸੇ ਤਰ੍ਹਾਂ ਦੀ ਸਜ਼ਾ ਸੁਣਾਈ ਗਈ ਬਹੁਤ ਸਾਰੇ ਮਸਲੇ ਸੀ ਜਿਸ ਵਿੱਚ ਉਹਨਾਂ ਨੂੰ ਪਾਇਆ ਗਿਆ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਦੀ ਜਿਹੜੀ ਕਦਰ ਨਹੀਂ ਕਰ ਰਹਾ ਤੇ ਉਹਨਾਂ ਨੇ ਕੁਝ ਬੱਜਰ ਗਲਤੀਆਂ ਕੀਤੀਆਂ ਨੇ ਇਸ ਤਰ੍ਹਾਂ ਦੀ ਨਹੀਂ ਸੀ ਥੋੜੀ ਵੱਖਰੀਆਂ ਸੀ ਪਰ ਜਦੋਂ ਸਜ਼ਾ ਸੁਣਾਈ ਗਈ ਉਹ ਇੱਥੇ ਆਏ ਉਹਨਾਂ ਨੂੰ ਸਜ਼ਾ ਸੁਣਾਉਣ ਵੇਲੇ ਥਮਲੇ ਦੇ ਨਾਲ ਪਿੱਲਰ ਦੇ ਨਾਲ ਬੰਨਿਆ ਗਿਆ ਉਹ ਹੱਥ ਜੋੜ ਕੇ ਨਿਮੀ ਪਾ ਕੇ ਖਲੋਤੇ ਰਹੇ ਜੋੜੇ ਸਾਫ਼ ਕੀਤੇ ਬਰਤਨ ਮਾਂਜੇ ਬਿਲਕੁਲ ਇਸੇ ਤਰ੍ਹਾਂ ਦੀਆਂ ਹੋਰ ਸੇਵਾਵਾਂ ਨਿਭਾਈਆਂ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਤੇ ਨਾਲ ਜਿਹੜੀ ਰਕਮ ਦੀ ਜਿਹੜੀ ਸਜ਼ਾ ਲੱਗੀ ਸੀ ਉਹ ਵੀ ਪੂਰੀ ਕੀਤੀ ਜੀ ਮੁੱਖ ਮੰਤਰੀ ਸੁਰਜੀਤ ਸਿੰਘ برਨਾਲਾ ਨੇ ਨਾਲ ਉਹਨਾਂ ਨੇ ਗਲ ਚ ਤਖਤੀ ਪਾ ਕੇ ਉਹ ਕਈ ਦਿਨ ਪ੍ਰਕਰਮਾਂ ਦੇ ਵਿੱਚ ਹੁੰਦੇ ਰਹੇ ਉਦੋਂ ਮੀਡੀਆ ਦਾ ਇਹਨਾਂ ਯੋਗ ਨਹੀਂ ਸੀ ਪਰ ਫੋਟੋਆਂ ਉਦੋਂ ਉਹਨਾਂ ਦੀਆਂ ਛਪ ਗਈਆਂ ਸੀ ਇੱਥੋਂ ਤੱਕ ਕਿ ਪਾਰਤ ਦੇ ਵੱਡੇ ਵੱਡੇ ਮੈਗਜ਼ੀਨ ਇੰਡੀਆ ਟੁਡੇ ਦੇ ਵਿੱਚ ਆਰਟੀਕਲ ਲੱਗੇ ਸੀ ਕਿ ਆ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਮੁੱਖ ਮੰਤਰੀ ਲੈਵਲ ਦੇ ਬੰਦੇ ਨੂੰ ਵੀ ਇਸ ਤਰ੍ਹਾਂ ਸਿੱਖ ਜਿਹੜੇ ਨੇ ਉਹ ਬਣ ਲੈਂਦੇ ਨੇ ਜੀ ਉਹ ਆਪਣਾ ਪੱਖ ਸੀ ਉਹਨਾਂ ਦਾ ਗੱਲ ਕਰਦਾ ਮੈਂ ਇੱਕ ਤੁਹਾਨੂੰ ਗੱਲ ਸੁਣਾ ਰਿਹਾ ਸਖਤੀ ਪਾ ਕੇ ਗਲ ਦੇ ਵਿੱਚ ਪ੍ਰਕਰਮਾਂ ਵਿੱਚ ਘੁੰਮਣਾ ਤੇ ਸੰਗਤ ਦੇ ਵਿੱਚ ਵਿਚਰਨਾ ਕਿ ਮੈਂ ਗੁਨਾਹਗਾਰ ਹਾਂ ਮੈਂ ਗਲਤੀ ਕੀਤੀ ਹੈ ਔਰ ਉਸ ਸਜ਼ਾ ਨੂੰ ਮੰਨ ਕੇ ਤੇ ਸੁਰਜੀਤ ਸਿੰਘ ਬਰਨਾਲਾ ਨੇ ਨਵਾਨੇ ਸਿੱਖ ਹੋਣ ਦਾ ਸਬੂਤ ਦਿੱਤਾ ਸੀ ਹੁਣ ਮੈਨੂੰ ਦੱਸੋ ਇਹ ਜਿਹੜੀ ਸਜ਼ਾ ਅੱਜ ਸੁੱਚਾ ਸਿੰਘ ਲੰਗਾਹ ਨੂੰ ਸੁਣਾਈ ਗਈ ਹੈ ਜੀ ਇਹ ਦੋਵਾਂ ਸਜ਼ਾਵਾਂ ਦੇ ਮੁਕਾਬਲੇ ਕਿੱਥੇ ਖਲੋਣ ਜੀ ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਨੂੰ ਚੈਲੰਜ ਨਹੀਂ ਇੱਥੇ ਕਰ ਰਿਹਾ ਪਰ ਮੁਕਾਬਲਤਨ ਮੈਂ ਤੁਹਾਡੇ ਸਾਹਮਣੇ ਆંકੜੇ ਰੱਖੇ ਨੇ ਜੀ ਸੱਚ ਰੱਖੇ ਨੇ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਜਾਵਾਂ ਹੋਣਗੀਆਂ ਇਹ ਜਿਹੜੀਆਂ ਸਜਾਵਾਂ ਨੇ ਇਹਦੇ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਕੋਈ ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਰਹੀਏ ਪਰ ਹਾਲ ਦੀ ਘੜੀ ਇਹ ਸਜ਼ਾ ਮੈਨੂੰ ਵਿਅਕਤੀਗਤ ਤੌਰ ਤੇ ਸੁਚੇਤ ਸਿੰਘ ਲੰਗਾਹ ਨੂੰ ਜੇ ਉਸ ਨੂੰ ਇੰਨਾ ਸਮਾਂ ਲੰਮਕਾਇਆ ਗਿਆ ਸੁਚਾ ਸਿੰਘ ਲੰਗਾ ਇੰਨੇ ਜ਼ਿਆਦਾ ਤਰਲੋ ਮੱਛੀ ਹੋ ਰਹੀ ਸੀ ਕਿ ਪਹਿਲਾਂ ਤਾਂ ਉਹਨਾਂ ਨੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਕਹਿੰਦਾ ਕਿ ਕੇਸ ਵਾਪਸ ਹੋ ਗਿਆ ਜੀ ਮੇਰਾ ਹੁਣ ਮੈਂ ਠੀਕ ਹਾਂ ਨਹੀਂ ਕੇਸ ਵਾਪਸ ਹੋਣਾ ਨਹੀਂ ਨਾ ਗੱਲ ਬਣਦੀ ਫਿਰ ਉਹਨਾਂ ਨੇ ਕੀਤਾ ਉਹ ਇੱਥੇ ਆਉਣਾ ਸ਼ੁਰੂ ਹੋ ਗਿਆ ਕਾਲ ਤਖਤ ਸਾਹਿਬ ਤੇ ਰੋਜ਼ ਢੀੜੀ ਮਾਰਦੇ ਸੀ ਕਿ ਫਿਰ ਉਹਨਾਂ ਨੇ ਮੀਡੀਆ ਵਿੱਚ ਵੀ ਕਿਹਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਪਰ ਮੇਰੀ ਗੱਲ ਸੁਣੀ ਨਹੀਂ ਜਾ ਰਹੀ ਇਗਨੋਰ ਕੀਤਾ ਗਿਆ ਜੋਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਇਗਨੋਰ ਕਰਨਾ ਚਾਹੀਦਾ ਹੈ ਇਸ ਨੂੰ ਹੋਰ ਖਖਲ ਹੋਣ ਦਿਓ ਕੋਈ ਲੋੜ ਨਹੀਂ ਹੈ ਦੂਸਰੀ ਗੱਲ ਇੱਕ ਹੋਰ ਗੁਰੂ ਘਰ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਦੀ ਆਪਣੀ ਕਮੇਟੀ ਸੀ ਜਾਂ ਆਪਣੇ ਲੋਕ ਸੀ ਉੱਥੇ ਜਾ ਕੇ ਪੇਸ਼ ਹੋ ਕੇ ਮਾਫੀ ਮੰਗ ਲਈ ਤੇ ਪੰਥ ਦੇ ਵਿੱਚ ਵਾਪਸੀ ਹੋ ਗਈ ਜੀ ਉਹਨਾਂ ਲੋਕਾਂ ਨੂੰ ਵੀ ਤਾੜਨਾ ਹੁਣ ਕੀਤੀ ਗਈ ਹੈ ਕਿ ਇਸ ਤਰ੍ਹਾਂ ਵਾਪਸੀ ਨਹੀਂ ਹੋ ਸਕਦੀ ਤੇ ਅੱਜ ਕੀ ਇੰਨੀ ਜ਼ਰੂਰਤ ਸੀ ਸੋਚਾ ਸਿੰਘ ਲਗਾਹ ਨੂੰ ਔਰ ਇਸ ਤਰ੍ਹਾਂ ਦੀ ਸਜ਼ਾ ਦੇ ਕੇ ਵਾਪਸ ਲਿਆਉਣ ਦੀ ਸੀ ਇੱਕ ਧਰਮ ਦੇ ਵਿੱਚ ਮਾਫੀ ਦਾ ਸੰਕਲਪ ਹੈ ਮੈਂ ਮੰਨਦਾ ਇਸ ਗੱਲ ਨੂੰ ਪਰ ਸਜਾ ਨਰ ਮੈਂ ਮੇਰਾ ਵਿਅਕਤੀਗਤ ਤੌਰ ਤੇ ਇਹ ਨਿੱਜੀ ਵਿਚਾਰ ਹੈ ਇੱਕ ਮੈਂ ਦੱਸ ਦੇਵਾਂ ਇਸ ਮਾਮਲੇ ਚ ਹੋਰ ਵੀ ਕਈ ਮੁੱਦੇ ਵਿਚਾਰੇ ਗਏ ਅਮਰੀਕਾ ਦੇ ਵਿੱਚ ਥਿੰਦਰ ਸਿੰਘ ਨਾਂ ਦੇ ਵਿਅਕਤੀ ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਨੇ ਗੁਰਬਾਣੀ ਦੀਆਂ ਲਗਾਮਾਂਤਰਾਂ ਦੇ ਵਿੱਚ ਕੁਝ ਫਿਰ ਬਦਲ ਕੀਤਾ ਤੇ ਪਾਵਨ ਸਰੂਪਾਂ ਦੀ ਸਿਪਾਈ ਜਿਹੜੀ ਹੈ ਉਹ ਬਿਨਾਂ ਇਜਾਜ਼ਤ ਤੋਂ ਕੀਤੀ ਹੈ ਇਸ ਮਾਮਲੇ ਦੇ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਸਜ਼ਾ ਲਾਈ ਗਈ ਹੈ ਉਹਨਾਂ ਵਿੱਚ ਰਾਜਵੰਤ ਸਿੰਘ ਨੇ ਭਜਨੀਕ ਸਿੰਘ ਨੇ ਗੁਰਦਰਸ਼ਨ ਸਿੰਘ ਨੇ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਨੇਲ ਦੇ ਗੁਰੂ ਘਰ ਦੇ ਵਿੱਚ 11 ਦਿਨ ਵਾਸਤੇ 1 ਘੰਟਾ ਜੋੜੇ ਬਰਤਨ ਸਾਫ ਕਰਨ 125 ਡਾਲਰ ਸੇਵਾ ਤੇ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਭੇਜਣ ਦੀ ਜਿਹੜੀ ਮੰਗ ਹੈ ਉਹ ਜਿਹੜੀ ਜਿਹੜੀ ਸਜਾਇਆ ਉਹ ਲਈ ਗਈ ਹੈ ਸੋ ਫੈਸਲੇ ਹੋਰ ਵੀ ਆਏ ਨੇ ਪਰ ਸੁਚੇਆ ਸਿੰਘ ਲੰਗਾਹ ਵਾਲਾ ਫੈਸਲਾ ਵੱਡਾ ਹੈ ਤੇ ਸਜ਼ਾ ਛੋਟੀ ਹੈ